ਧਰਮ ਨੂੰ ਲੈ ਕੇ ਅੱਜ ਆਪਣੇ ਕੋਲ ਇੱਕ ਕਮੈਂਟ ਪਹੁੰਚਾ। ਸਤਨਾਮ ਧੀਮਾਨ ਆਪਾਂ ਨੂੰ ਕਮੈਂਟ ਕਰਦੇ ਆ, ਵੀਰ ਜੀ ਮੇਰੇ ਧਰਮ ਨੂੰ 10 ਸਾਲ ਹੋ ਗਏ, ਛੋਟੇ ਹੁੰਦਿਆਂ ਤੋਂ ਪੈਂਦੀ ਆ, ਬਹੁਤ ਔਖਾ ਆ, ਭੁੱਖ ਵੀ ਬਹੁਤ ਘੱਟ ਲੱਗਦੀ ਆ, ਕੌਂਸਟੀਪੇਸ਼ਨ ਹੋ ਜਾਂਦੀ ਆ, ਵੇਟ ਵੀ ਘੱਟ ਰਿਹਾ ਆਪਣੇ ਆਪ। ਦੋਸਤੋ ਦੇਖੋ, ਜਦੋਂ ਸਾਡੇ ਪੇਟ ਦਾ ਰੋਗ ਹੋਵੇ ਲੱਗਾ ਆਪਾਂ ਨੂੰ, ਪੇਟ ਦਾ ਰੋਗ ਲੱਗਾ ਹੋਵੇ, ਸਾਡਾ ਵਜ਼ਨ ਕਦੇ ਨਹੀਂ ਵੱਧ ਸਕਦਾ। ਖਾਸ ਕਰਕੇ ਜਦੋਂ ਸਾਨੂੰ ਕੌਂਸਟੀਪੇਸ਼ਨ ਹੋਵੇ ਜਾਂ ਸਾਨੂੰ ਲੂਜ਼ ਮੋਸ਼ਨ ਹੋਣ ਜਾਂ ਡਾਕਟਰ ਆਪਾਂ ਨੂੰ IBS ਦੀ ਸਮੱਸਿਆ ਦੱਸ ਦੇਣ, ਫਿਰ ਸਾਡਾ ਵਜ਼ਨ ਵੱਧ ਨਹੀਂ ਸਕਦਾ, ਕਿਉਂਕਿ ਜਦ ਸਾਡਾ ਖਾਣਾ ਹੀ ਨਹੀਂ ਪਚਦਾ ਪਿਆ ਤਾਂ ਸਾਡਾ ਵਜ਼ਨ ਕੀ ਵਧਣਾ। ਸਤਨਾਮ ਵੀਰ ਦੇ 10 ਸਾਲ ਹੋ ਗਏ ਇਹਨਾਂ ਨੂੰ ਧਰਮ ਦੀ ਸਮੱਸਿਆ ਜਿਹੜੀ ਆ ਛੋਟੇ ਹੁੰਦਿਆਂ ਤੋਂ ਪੈ ਰਹੀ ਆ। ਵੀਰ ਦੇਖੋ, ਜਦੋਂ ਸਾਡੇ ਪੇਟ ਦੇ ਵਿੱਚ ਕੋਈ ਨੁਕਸ ਪੈ ਗਿਆ, ਸਮਝੋ ਅਸੀਂ ਕੁਛ ਇੱਦਾਂ ਦਾ ਖਾਧਾ ਸੀ ਜਿਹਦੇ ਨਾਲ ਇਹ ਰੋਗ ਪੈਦਾ ਹੋਇਆ। ਹੁਣ ਧਰਮ ਦੇ ਵਿੱਚ ਕੀ ਹੁੰਦਾ ਆ ਕਿ ਸਾਡਾ ਜੋ ਅੰਦਰਲੀਆਂ ਨਸਾਂ ਆ ਉਹ ਕਮਜ਼ੋਰ ਹੋ ਜਾਂਦੀਆਂ। ਕਮਜ਼ੋਰ ਨਸਾਂ, ਜਦੋਂ ਵੀ ਆਪਾਂ ਕੁਛ ਮਾੜਾ ਮੋਟਾ ਕੰਮ ਕਰਨਾ, ਰਨਿੰਗ ਕਰਨੀ ਆ, ਦੌੜਨਾ ਆ, ਹੈ ਨਾ, ਜੰਪ ਲਗਾਉਣਾ ਆ, ਪੌੜੀਆਂ ਚੜ੍ਹਨਾ, ਜਾਂ ਕਿਤੇ ਆਪਾਂ ਟਰੈਵਲ ਕਰ ਰਹੇ ਹਾਂ ਜਿੱਥੇ ਰੋਡ ਖਰਾਬ ਆ, ਜਾਂ ਖਾਲੀ ਪੇਟ ਕੁਛ ਵੀ ਆਪਾਂ ਸਮਾਨ ਜਾਂ ਕੁਛ ਵੀ ਆਪਾਂ ਭਾਰਾ ਕੰਮ ਕਰ ਲਿਆ ਤਾਂ ਸਾਡੀ ਧਰਨ ਹਿੱਲ ਜਾਂਦੀ ਆ। ਇਹ ਧਰਨ ਹੁਣ ਜਿਹੜੀ ਵਾਰ ਵਾਰ ਹਿੱਲਦੀ ਆ ਉਹਨੂੰ ਕਿੱਦਾਂ ਆਪਾਂ ਕੰਟਰੋਲ 'ਚ ਕਰਨਾ? ਸਭ ਤੋਂ ਪਹਿਲਾਂ ਤਾਂ ਤੁਸੀਂ ਗੈਸ ਦਾ ਇਲਾਜ ਕਰਨਾ, ਠੀਕ ਆ। ਗੈਸ ਦਾ ਇਲਾਜ ਆਪਾਂ ਕਿੱਦਾਂ ਕਰਨਾ ਬਾਅਦ 'ਚ ਤੁਹਾਨੂੰ ਵੀਡੀਓ ਦੇ ਅਖੀਰ 'ਚ ਦੱਸ ਦਿੰਦਾ। ਤੁਸੀਂ ਕੀ ਕਰੋ, ਜਿਹੜਾ ਤੁਹਾਡਾ ਵਜ਼ਨ ਘੱਟਦਾ ਆ ਉਹਨੂੰ ਪਹਿਲਾਂ ਕੰਟਰੋਲ 'ਚ ਲੈ ਕੇ ਆਓ। ਸਭ ਤੋਂ ਜੋ ਬੈਸਟ ਚੀਜ਼ ਆ, ਜੇ ਤੁਸੀਂ ਦਵਾਈਆਂ ਨਹੀਂ ਖਾਣੀਆਂ ਜਾਂ ਦਵਾਈਆਂ ਖਾ ਖਾ ਕੇ ਅੱਕ ਗਏ ਆ, ਆ ਜਿੰਨੇ ਹੋਰ ਭੈਣ ਭਰਾ ਆਪਣੇ ਵੀਡੀਓ ਵੇਖਦੇ ਆ ਨਾ, ਨੋਟ ਕਰ ਲਓ, ਆਂਵਲਾ ਖਾਓ ਜੀ, ਆਂਵਲਾ ਤੁਸੀਂ ਮੁਰੱਬਾ ਖਾ ਲਓ, ਜਿੱਦਾਂ ਵੀ ਖਾਣਾ ਆ। ਆਂਵਲਾ ਕੈਂਡੀ ਆਉਂਦੀ ਆ, ਸਭ ਤੋਂ ਬੈਸਟ ਆ, ਪਤੰਜਲੀ ਦੀ ਕੈਂਡੀ ਆ, ਸਾਹਮਣੇ ਫੋਟੋ ਦੇਖ ਲੈਣਾ। ਤੁਸੀਂ ਔਨਲਾਈਨ ਲੈ ਲਓ ਜਾਂ ਆਫਲਾਈਨ ਲੈ ਲਓ, ਇਹ ਤੁਸੀਂ ਨਾ 2-3 ਪੈਕਟ ਲਿਆ ਕੇ ਰੱਖ ਲਓ, ਦਿਨ ਦੇ ਤੁਸੀਂ 4-5 ਪੀਸ ਜ਼ਰੂਰ ਖਾਓ। ਜਦੋਂ ਤੁਸੀਂ ਇਹ ਖਾਣਾ ਸ਼ੁਰੂ ਕਰੋਗੇ, ਆਂਵਲਾ ਕੈਂਡੀ ਦੀ ਗੱਲ ਕਰਦਾ, ਕੀ ਹੋਊਗਾ ਕਿ ਥੋੜ੍ਹੇ ਕੁ ਦਿਨਾਂ ਬਾਅਦ ਜਦੋਂ ਆਂਵਲਾ ਕੈਂਡੀ ਤੁਹਾਡੇ ਸਰੀਰ ਨੂੰ ਲੱਗਣਾ ਸ਼ੁਰੂ ਹੋ ਗਿਆ, ਤੁਹਾਡੀ ਭੁੱਖ ਵਧਣੀ ਆ ਆਪਣੇ ਆਪ ਹੀ ਬਿਨਾਂ ਕਿਸੇ ਦਵਾਈ ਤੋਂ। ਜਦੋਂ ਭੁੱਖ ਵਧਣੀ ਸ਼ੁਰੂ ਹੋ ਗਈ ਤੁਸੀਂ ਜ਼ਿਆਦਾ ਖਾਓਗੇ, ਜਦੋਂ ਜ਼ਿਆਦਾ ਖਾਓਗੇ ਤੁਹਾਡਾ ਪੇਟ ਭਰਿਆ ਰਹੂਗਾ, ਧਰਨ ਜਿਹੜੀ ਹਿੱਲਦੀ ਆ ਉਹ ਹਿੱਲਣੀ ਬੰਦ ਹੋ ਜਾਊਗੀ। ਮੋਸਟਲੀ ਜਿਹੜੀ 25% ਧਰਨ ਸਾਡੀ ਤਾਂ ਹਿੱਲਦੀ ਆ ਧਰਨ ਕੌਡੀ, ਕਿ ਅਸੀਂ ਖਾਲੀ ਪੇਟ, ਜਦੋਂ ਆਪਾਂ ਕਈ ਮੁੰਡੇ ਅੱਜ ਕੱਲ੍ਹ ਹੈਗੇ ਨੇ ਜਿੰਮ ਲਾਉਂਦੇ ਆ ਅਤੇ ਉਹ ਦਿੱਕਤ ਖੜੀ ਹੋ ਜਾਂਦੇ ਆ। ਆਂਵਲਾ ਕੈਂਡੀ ਜ਼ਰੂਰ ਖਾਓ। ਦੂਸਰਾ ਜਿਹੜਾ ਤੁਹਾਨੂੰ ਮੈਂ ਦੱਸਦਾ, ਗੈਸ ਦਾ ਇਲਾਜ ਆਪਾਂ ਕਿੱਦਾਂ ਕਰਨਾ, ਅਜਵਾਇਣ ਆਉਂਦੀ ਆ, ਅਜਵਾਇਣ ਦਾ ਸੇਵਨ ਕਰੋ। ਦੂਸਰਾ, ਸੌਂਫ ਵਾਲਾ ਪਾਣੀ ਆਪਾਂ ਸਾਰਿਆਂ ਨੂੰ ਹੀ ਦੱਸਿਆ ਆ, ਕਿਸੇ ਲਈ ਵੀ ਕੋਈ ਅਲੱਗ ਚੀਜ਼ ਨਹੀਂ ਹੈਗੀ। ਸੌਂਫ ਵਾਲਾ ਪਾਣੀ ਤੁਸੀਂ ਸਵੇਰ ਨੂੰ ਨਿਰਣੇ ਪੀਣਾ ਸ਼ੁਰੂ ਕਰ ਦਿਉ। ਜਿਹੜੀ ਅਜਵਾਇਣ ਆ ਉਹਦੇ 'ਤੇ ਲੂਣ ਜਿਹਾ ਚੜਿਆ ਹੁੰਦਾ ਆ, ਕੋਡਿੰਗ ਜਿਹੀ ਕੀਤੀ ਹੁੰਦੀ ਆ, ਉਹ ਵੀ ਆਪਾਂ ਵੀਡੀਓ ਥੋੜ੍ਹੇ ਦਿਨ ਪਹਿਲਾਂ ਪਾਈ ਆ, ਤੁਸੀਂ ਉਹ ਵੀਡੀਓ ਵੇਖ ਲਿਓ ਜੇ ਤੁਹਾਨੂੰ ਨਾ ਪਤਾ ਲੱਗੇ। ਇਹ ਜਿਹੜੀ ਧਰਨ ਆ ਨਾ, ਇਹਦਾ ਇਲਾਜ ਆਪਾਂ ਨੂੰ ਖੁਦ ਕਰਨਾ ਪੈਣਾ। ਆ ਸਾਹਮਣੇ ਇੱਕ ਵੀਡੀਓ ਮੈਂ ਤੁਹਾਡੇ ਮੂਹਰੇ ਸ਼ੋਅ ਕਰ ਦਿੰਦਾ, ਤੁਸੀਂ ਇਹ ਵੀਡੀਓ ਵੇਖੋ ਕਿ ਇਸ ਵੀਡੀਓ ਦੇ ਵਿੱਚ ਆਪਾਂ ਕਿੱਦਾਂ ਆਪਣੇ ਆਪ ਹੀ ਧਰਨ ਨੂੰ ਸੈੱਟ ਕਰਨ ਦੇ ਤਰੀਕੇ ਦੱਸੇ ਹੋਏ ਆ। ਇਸ ਵੀਡੀਓ ਦੇ ਵਿੱਚ ਆਪਾਂ ਇਹ ਦੱਸਿਆ ਆ ਕਿ ਤੁਹਾਡੀ ਜੇ ਧਰਨ ਉੱਪਰ ਚਲੀ ਗਈ ਆ, ਕੌਂਸਟੀਪੇਸ਼ਨ ਤੁਹਾਨੂੰ 100% ਰਹਿਣਾ ਆ, ਇਹਨੂੰ ਥੱਲੇ ਲਿਆਓ, ਇੱਕੋ ਹੀ ਝਟਕੇ ਦੇ ਨਾਲ ਆਪਾਂ ਥੱਲੇ ਲਿਆਉਣਾ ਦੱਸਿਆ ਆ, ਅਤੇ ਬਹੁਤ ਸਾਰੇ ਭੈਣਾਂ ਭਰਾਵਾਂ ਨੂੰ ਫਰਕ ਪਿਆ ਆ, ਜਿਹੜਾ ਨੇ ਕਰਨਾ ਸਿੱਖ ਲਿਆ। ਜਿਨ੍ਹਾਂ ਨੇ ਨਹੀਂ ਕਰਨਾ ਸਿੱਖਿਆ ਉਹ ਭਾਈ ਦੂਸਰਿਆਂ ਤੋਂ ਜਾ ਕੇ ਕਰਵਾਉਂਦੇ ਆ, ਕਈ ਵਾਰੀ ਆਪਣੀ ਤੁਹਾਨੂੰ ਦੂਸਰਿਆਂ ਤੋਂ ਮਲਵਾਉਣੀ ਪੈਂਦੀ ਆ, ਕਿਉਂਕਿ ਕਈ ਵਾਰੀ ਆਪਣੇ ਕੋਲੋਂ ਸੈੱਟ ਨਹੀਂ ਆਉਂਦੀ।
ਪਰ ਜਿਹੜੀ ਇਹ ਧਰਨ ਉੱਪਰ ਚੜ੍ਹਦੀ ਆ ਇਹਦਾ ਤੁਸੀਂ ਆਪਣੇ ਆਪ ਇਲਾਜ ਕਰ ਸਕਦੇ ਆ। ਸਾਹਮਣੇ ਜਿਹੜੀ ਤੁਸੀਂ ਵੀਡੀਓ ਵੇਖ ਲੈਣਾ ਆਪਣੇ ਚੈਨਲ ਦੇ ਉੱਤੇ, ਇਹਦਾ ਟਾਈਟਲ ਹੈਗਾ ਆ ਆਪਣੇ ਆਪ ਇੱਕੋ ਝਟਕੇ ਨਾਲ ਧਰਨ ਠੀਕ ਕਰੋ। ਠੀਕ ਹੈ, ਤੁਸੀਂ ਪੰਜਾਬੀ ਵਿੱਚ ਲਿਖ ਲਿਓ ਜਾਂ ਧਰਨ ਦਾ ਇਲਾਜ ਲਿਖ ਲਿਓ, ਆਪਣੀ ਵੀਡੀਓ ਮੂਹਰੇ ਆ ਜਾਣੀ ਆ। ਇਹ ਤੁਸੀਂ ਜਦੋਂ ਨਾ ਇੱਕੋ ਝਟਕੇ ਦੇ ਨਾਲ ਧਰਨ ਥੱਲੇ ਲੈ ਆਉਂਦੀ, ਫਿਰ ਤੁਸੀਂ ਦੇਖਿਓ ਵੀ ਤੁਹਾਡਾ ਖਾਣਾ ਪੀਣਾ ਪਚਣਾ ਸਭ ਕੁਝ ਸ਼ੁਰੂ ਹੋ ਗਿਆ। ਜਦੋਂ ਮਸਲਾ ਪੇਟ ਦਾ ਬਣ ਜਾਵੇ ਫਿਰ ਥੋੜ੍ਹੀ ਜਿਹੀ ਆਪਾਂ ਨੂੰ ਕੇਅਰ ਕਰਨੀ ਪੈਂਦੀ ਹੈ, ਥੋੜ੍ਹੀ ਕਾਹਨੂੰ ਫਿਰ ਆਪਾਂ ਬਹੁਤ ਕੇਅਰ ਕਰਨੀ ਪੈਂਦੀ ਆ। ਪਰ ਆਪਾਂ ਨਿੱਕੇ ਨਿੱਕੇ ਚੀਜ਼ਾਂ ਵੇਖਣੀਆਂ ਪੈਂਦੀਆਂ, ਕਿਹੜੀ ਚੀਜ਼ ਅਸੀਂ ਖਾਣੀ ਕਿਹੜੀ ਨਹੀਂ ਖਾਣੀ। ਉਹ ਚੀਜ਼ਾਂ ਜ਼ਰੂਰ ਖਾਓ, ਪੇਟ ਭਰ ਕੇ ਖਾਓ, ਜਿਨ੍ਹਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਜਲਦੀ ਹਜ਼ਮ ਹੁੰਦੀਆਂ। ਜਿਹੜੀਆਂ ਤੁਹਾਨੂੰ ਚੀਜ਼ਾਂ ਨਹੀਂ ਹਜ਼ਮ ਹੁੰਦੀਆਂ ਉਹ ਨਾ ਖਾਓ ਜਾਂ ਥੋੜ੍ਹੀਆਂ ਖਾ ਲਓ। ਰਾਤ ਨੂੰ ਵੀ ਤੁਸੀਂ ਥੋੜ੍ਹਾ ਜਿਹਾ ਦੇਖ ਕੇ ਖਾਣਾ ਖਾਓ, ਕਿਹੜਾ ਖਾਣਾ ਪਚਦਾ ਕਿਹੜਾ ਨਹੀਂ ਪਚਦਾ। ਸੈਰ ਦੋ ਟਾਈਮ ਜ਼ਰੂਰ ਕਰੋ, ਹੁਣ ਜਿੱਦਾਂ ਦਾ ਮੌਸਮ ਸ਼ੁਰੂ ਹੋ ਗਿਆ, ਠੰਡ ਘੱਟ ਗਈ ਆ, ਦੋ ਟਾਈਮ ਸੈਰ ਕਰੋ। ਗੈਸ ਨਾ ਬਣਨ ਦਿਓ। ਬਾਕੀ ਜਿਹੜਾ ਤੁਹਾਨੂੰ ਆਂਵਲਾ ਦੱਸਿਆ ਇਹਦਾ ਸੇਵਨ ਕਰਨਾ ਸ਼ੁਰੂ ਕਰੋ। 15 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਭੁੱਖ ਵਧੂਗੀ, ਤੁਹਾਡਾ ਜਿਹੜਾ ਵਜ਼ਨ ਘੱਟਦਾ ਆ ਉਹ ਵਧਣਾ ਸ਼ੁਰੂ ਹੋ ਜਾਊਗਾ। ਜਿਹੜਾ ਆਂਵਲਾ ਹੈ ਨਾ ਸਾਡੇ ਸਰੀਰ ਨੂੰ ਲੱਗਣ ਲੱਗਿਆ ਕਈ ਵਾਰ ਥੋੜ੍ਹਾ ਟਾਈਮ ਲੱਗ ਜਾਂਦਾ, ਕਿਉਂਕਿ ਅੱਜ ਕੱਲ੍ਹ ਚੀਜ਼ਾਂ ਇੱਦਾਂ ਦੀਆਂ ਆਉਂਦੀਆਂ ਆ ਕਿ ਲੱਗਣ ਨੂੰ ਟਾਈਮ ਲੱਗ ਜਾਂਦਾ। ਤਾਂ ਕਰਕੇ ਥੋੜ੍ਹਾ ਲਗਾਤਾਰ ਖਾਓ। ਤਾਂ ਹੀ ਮੈਂ ਤੁਹਾਨੂੰ ਕਿਹਾ ਵੀ 2-3 ਪੈਕਟ ਲਿਆ ਕੇ ਰੱਖ ਲਿਓ। ਪਤੰਜਲੀ ਦੇ ਐਡੇ ਐਡੇ ਪੈਕਟ ਆਉਂਦੇ ਆ, 2-3 ਪੈਕਟ ਲਿਆ ਕੇ ਰੱਖ ਲਓ, ਰੋਜ਼ਾਨਾ ਖਾਓ ਵਿੱਚੋਂ 5-7 ਪੀਸ। ਜਿੰਨੀਆਂ ਚੀਜ਼ਾਂ ਤੁਹਾਨੂੰ ਜਾਂ ਗੱਲਾਂ ਦੱਸੀਆਂ ਇਹ ਕਰਨੀਆਂ ਸ਼ੁਰੂ ਕਰੋ, ਤੁਹਾਡੇ ਪੇਟ ਦੀ ਜੋ ਬਿਮਾਰੀ ਆ ਉਹ ਬਿਲਕੁਲ ਠੀਕ ਹੋ ਜਾਊਗੀ।